ਅਸੀਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਅੱਜ ਫਾਰਮਲ ਤਰੀਕੇ 'ਤੇ ਅਨਾਊਂਸ ਕਰ ਰਹੇ ਹਾਂ ਕਿ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਔਰ ਪੰਜਾਬ ਡਿਵੈਲਪਮੈਂਟ ਕਮਿਸ਼ਨ ਔਰ ਪੰਜਾਬ ਯੂਨੀਵਰਸਿਟੀ ਵੱਲੋਂ ਅਸੀਂ ਪੰਜਾਬ ਵਿਜ਼ਨ 2047 ਜਿਹੜਾ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਰਵਾ ਰਹੇ ਹਾਂ 12 ਔਰ 13 ਨਵੰਬਰ ਨੂੰ ਪੰਜਾਬ ਵਿਜ਼ਨ 2047 ਉਹ ਪੰਜਾਬ ਯੂਨੀਵਰਸਿਟੀ 'ਚ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਸੀਂ ਰਲ ਮਿਲ ਕੇ ਇਸ ਪੰਜਾਬ ਵਿਜ਼ਨ ਦੇ 2 ਦਿਨੀ ਕੌਨਕਲੇਵ ਦੇ ਵਿੱਚ ਅਸੀਂ ਵੱਖ ਵੱਖ ਸੈਸ਼ਨ ਰੱਖੇ ਨੇ। ਇਹਦਾ ਉਦਘਾਟਨ ਰਸਮੀ ਤੌਰ 'ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਰਨਗੇ। ਇਹਦੇ 'ਚ ਰਾਘਵ ਚੱਡਾ ਜੀ ਵੀ ਸ਼ਿਰਕਤ ਕਰ ਰਹੇ ਨੇ ਔਰ ਇਹਦਾ ਜਿਹੜਾ ਵੈਲੀਡਿਕਟਰੀ ਹੈ ਉਹ ਪੰਜਾਬ ਦੇ ਐਕਸੀਲੈਂਸੀ ਗਵਰਨਰ ਸਾਹਿਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਉਹ ਇਹਦਾ ਵੈਲੀਡਿਕਟਰੀ ਕਰਨਗੇ 13 ਤਰੀਕ ਸ਼ਾਮ ਨੂੰ। 12 ਤਰੀਕ ਸਵੇਰੇ 10 ਵਜੇ ਇਹਦਾ ਉਦਘਾਟਨ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ 'ਚ ਹੋਏਗਾ। ਇਹਦੇ 'ਚ ਕਈ ਸੈਸ਼ਨ ਅਸੀਂ ਰੱਖੇ ਗਏ ਹੈ ਕਿਉਂਕਿ ਪੰਜਾਬ ਦੇ ਬਾਰੇ ਸਭ ਨੂੰ ਚਿੰਤਾ ਵੀ ਹੈ ਔਰ ਪੰਜਾਬ ਇੱਕ ਗੰਭੀਰ ਸਮੇਂ 'ਚੋਂ ਗੁਜ਼ਰ ਰਿਹਾ ਅਤੇ ਇਹੋ ਜਿਹਾ ਬ੍ਰੇਨ ਸਟੋਰਮਿੰਗ ਸੈਸ਼ਨ ਸਾਨੂੰ ਰੱਖਣ ਦੀ ਲੋੜ ਮਹਿਸੂਸ ਹੋਈ ਕਿ ਬਈ ਅਸੀਂ ਇਨੀਸ਼ੀਏਟਿਵ ਲਿਆ ਮੈਂ ਜਾਤੀ ਤੌਰ 'ਤੇ ਕਿ ਪਹਿਲਾ ਹੀ ਜਿਹੜਾ ਸੈਸ਼ਨ ਆ ਉਦਘਾਟਨੀ ਉਹਦੇ 'ਚ ਕਿ ਪੰਜਾਬ ਪਾਸਟ ਰਿਫਲੈਕਸ਼ਨਸ ਪ੍ਰੈਜੈਂਟ ਰਿਐਲਿਟੀਜ਼ ਐਂਡ ਫਿਊਚਰ ਉਹਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਰਾਘਵ ਚੱਡਾ ਜੀ ਮੈਡਮ ਰੇਨੂ ਵਿਗ ਜੀ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਔਰ ਨਾਲ ਹੀ ਜਿਹੜੀ ਪੈਨਲ ਡਿਸਕਸ਼ਨ ਹੈ ਉਹਦੇ ਮੁਖੀ ਹੋਣਗੇ ਸ਼੍ਰੀਮਤੀ ਜੋਤੀ ਮਲਹੋਤਰਾ ਜੀ ਐਡੀਟਰ ਇਨ ਚੀਫ ਟ੍ਰਿਬਿਊਨ ਸਰਦਾਰ ਰਮੇਸ਼ ਇੰਦਰ ਸਿੰਘ ਜੀ ਫਾਰਮਰ ਚੀਫ ਸੈਕਟਰੀ ਪੰਜਾਬ ਰਕਸ਼ੰਦਾ ਜਲੀਲ ਜੀ ਨਿਰੂਪਮਾ ਦੱਤ ਜੀ ਅਤੇ ਫਿਰ ਜਿੰਨੇ ਵੀ ਸੈਸ਼ਨ ਨੇ ਗਵਰਨੈਂਸ ਦੇ ਉੱਤੇ ਸੈਸ਼ਨ ਹੈ ਜਿਹਦੇ ਪ੍ਰਧਾਨਗੀ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਕਰਨਗੇ ਸ਼੍ਰੀਮਤੀ ਬਲਜੀਤ ਕੌਰ ਜੀ ਕਰਨਗੇ ਔਰ ਕੈਪ ਸਿਨਹਾ ਜੀ ਚੀਫ ਸੈਕਟਰੀ ਔਰ ਗੌਰਵ ਯਾਦਵ ਜੀ ਵਿਸ਼ੇਸ਼ ਤੌਰ 'ਤੇ ਉੱਥੇ ਪਹੁੰਚ ਰਹੇ ਨੇ ਔਰ ਸ਼੍ਰੀਮਤੀ ਰਾਜ ਲਾਲੀ ਗਿੱਲ ਉਹਦੇ ਚੇਅਰਪਰਸਨ ਹੋਣਗੇ। ਰਿਟਾਇਰਡ ਵੀ ਜਿਵੇਂ ਸੁਰੇਸ਼ ਕੁਮਾਰ ਜੀ ਗੁਰਦੇਵ ਸਿੰਘ ਜੀ ਉਹਨਾਂ ਨੂੰ ਵੀ ਲਿਆ ਗਿਆ। ਫਿਰ ਐਗਰੀਕਲਚਰ ਉੱਤੇ ਜਿਹੜੀ ਐਗਰੀਕਲਚਰ ਦਾ ਜੋ ਇਸ ਟਾਈਮ ਚੱਲ ਰਿਹਾ ਔਰ ਜੋ ਪੰਜਾਬ ਦੀ ਐਗਰੀਕਲਚਰ ਪੋਲਿਸੀ ਹੈ ਔਰ ਕਈ ਸੰਕਟ ਤੁਹਾਨੂੰ ਪਤਾ ਝੋਨੇ ਦੀ ਖਰੀਦ ਨੂੰ ਲੈ ਕੇ DAP ਦੀ ਜਿਹੜੀ ਅਵੇਲੇਬਿਲਟੀ ਨੂੰ ਲੈ ਕੇ ਕਰੋਪ ਕਲਟੀਵੇਸ਼ਨ MSP ਕਈ ਇਸ਼ੂ ਹੈ ਉਹ ਸੈਸ਼ਨ ਦੀ ਪ੍ਰਧਾਨਗੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਆਨਰੇਬਲ ਐਗਰੀਕਲਚਰ ਮਿਨਿਸਟਰ ਔਰ ਧਾਲੀਵਾਲ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਜੀ ਉਹ ਕਰ ਰਹੇ ਨੇ ਔਰ ਉਹਦੇ 'ਚ ਵੀ ਜਿਹੜੇ ਸੰਜੀਵ ਬਰਿਆਨਾ ਜੀ ਬਿਜ਼ਨਸ ਐਡੀਟਰ ਐਸੋਸੀਏਟ ਐਡੀਟਰ ਟ੍ਰਿਬਿਊਨ ਔਰ ਹੋਰ ਉੱਘੀਆਂ ਸ਼ਖਸੀਅਤਾਂ ਉਹਦੇ 'ਚ ਦਵਿੰਦਰ ਸ਼ਰਮਾ ਜੀ ਖੁਸ਼ਵੰਤ ਸਿੰਘ ਰਮਨਦੀਪ ਸਿੰਘ ਮਾਨ ਸੋਲ ਸਾਹਿਬ ਫਿਰ ਇੰਡਸਟਰੀ ਉੱਤੇ ਜਿਹੜਾ ਸੈਸ਼ਨ ਹੈ ਉਹਦੀ ਸੋਨ ਸਾਹਿਬ ਉਹਦੀ ਸਦਾਰਤ ਕਰਨਗੇ ਔਰ ਖਰਬੰਦਾ ਜੀ ਜੋ CEO ਇਨਵੈਸਟ ਪੰਜਾਬ ਉਹਨੂੰ ਮੋਡਰੇਟ ਕਰਨਗੇ ਸਰਦਾਰ ਤੇਜਵੀਰ ਸਿੰਘ ਸੈਕਟਰੀ ਜਿਹੜੇ ਨੇ ਔਰ ਤਮਾਮ ਦੇ ਸੋਨੈਲਿਕਾ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਸਾਗਰ ਮਿੱਤਲ ਜੀ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਜੀ ਅਮਰਜੀਤ ਸਿਨਹਾ ਜੀ PJ ਸਿੰਘ CII ਦੇ ਪ੍ਰਧਾਨ ਉਪਕਾਰ ਸਿੰਘ ਹੁੱਜਾ ਜੀ CCO ਗੁਰਮੀਤ ਕੁਲਾਰ ਜੀ FICO ਰੁਪਿੰਦਰ ਸਚਦੇਵਾ ਜੀ ਕਰਨ ਗਲਹੋਤਰਾ ਜੀ PhD ਅਤੇ ਫਿਰ ਅਗਲੇ ਦਿਨ ਦਾ ਜੋ ਸਮਾਗਮ ਹੈ ਉਹਦੇ 'ਚ ਇਕਨੋਮਿਕ ਰੀਸਰਜੈਂਸ ਔਰ ਜਿਹੜਾ ਫਿਸਕਲ ਕ੍ਰਾਈਸਿਸ ਡੈਟ ਕ੍ਰਾਈਸਿਸ ਪੰਜਾਬ ਚੱਲ ਰਿਹਾ ਉਹਦੀ ਸਦਾਰਤ ਸਰਦਾਰ ਹਰਪਾਲ ਸਿੰਘ ਚੀਮਾ ਜੀ ਫਾਈਨੈਂਸ ਮਿਨਿਸਟਰ ਪੰਜਾਬ ਔਰ ਸ਼੍ਰੀ ਸੰਦੀਪ ਪਾਠਕ ਜੀ ਉਹਦੇ ਗੈਸਟ ਆਫ ਆਨਰ ਹੋਣਗੇ ਔਰ ਅਜੋਏ ਸਿਨਹਾ ਜੀ ਜਿਹੜੇ ਸਾਡੇ ਫਾਈਨੈਂਸ ਸੈਕਟਰੀ ਨੇ ਗੁਰਕੀਰਤ ਕਿਰਪਾਲ ਸਿੰਘ ਜੀ ਗੁਰਬੀਰ ਸਿੰਘ ਜੀ ਔਰ ਗਿਆਨ ਸਿੰਘ ਸੰਧੂ ਜੀ ਫਿਰ ਜਿਹੜਾ ਬ੍ਰੇਨ ਡਰੇਨ ਦੀ ਵਰਕਫੋਰਸ ਦੀ ਸਕਿਲਿੰਗ ਦੀ ਜਿਹੜੀ ਉਹਦੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਦਾਰਤ ਕਰਨਗੇ NSDC ਔਰ ਅਨੁਰਾਗ ਕੁੰਡੂ ਜੀ ਔਰ ਮੈਡਮ ਜਸਪ੍ਰੀਤ ਤਲਵਾਰ ਜੀ ਜਿਹੜੇ ਸੈਕਟਰੀ ਨੇ ਸਕਿੱਲ ਡਿਵੈਲਪਮੈਂਟ ਮੈਡਮ ਅੰਮ੍ਰਿਤ ਸਿੰਘ ਜੀ ਔਰ ਰਿਟਾਇਰਡ IRS ਪਰਮਜੀਤ ਸਿੰਘ ਜੀ ਫਿਰ ਜਿਹੜੇ ਰੂਟ ਔਰ ਰੈਵਰ ਕਿਉਂਕਿ ਇਨਵਾਇਰਮੈਂਟ ਦਾ ਬੜਾ ਕ੍ਰਾਈਸਿਸ ਹੈ ਉਹਦੇ ਸੈਸ਼ਨ ਦੀ ਪ੍ਰਧਾਨਗੀ ਸਰਦਾਰ ਹਰਦੀਪ ਸਿੰਘ ਮੁੰਡੀਆ ਜੀ ਵਰਿੰਦਰ ਕੁਮਾਰ ਗੋਇਲ ਜੀ ਕਰਨਗੇ ਉਹਦੇ 'ਚ ਬਾਬਾ ਸੀਚੇਵਾਲ ਜੀ ਜਤਿੰਦਰ ਚੀਮਾ ਜੀ ਕਰਨਲ ਜਸਜੀਤ ਸਿੰਘ ਗਿੱਲ ਜੀ ਔਰ ਕਈ ਜਿਹੜੇ ਉੱਘੇ
ਸਾਡੇ ਇਨਵਾਇਰਮੈਂਟ ਨਾਲ ਜੁੜੇ ਨੇ ਔਰ ਫਿਰ ਵੈਲੀਡਿਕਟਰੀ ਸੈਸ਼ਨ 'ਚ ਮੈਂ ਦੱਸਿਆ ਕਿ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਹੈਲਥ ਮਿਨਿਸਟਰ ਔਰ ਆਨਰੇਬਲ ਗਵਰਨਰ ਸਾਹਿਬ ਆ ਰਹੇ ਨੇ ਉਹਦੇ 'ਚ ਕੰਕਲੂਡਿੰਗ ਰਿਮਾਰਕ ਉੱਘੇ ਅਰਥ ਸ਼ਾਸਤਰੀ ਡਾਕਟਰ ਅਮਰਜੀਤ ਸਿੰਘ ਗਰੇਵਾਲ ਜੀ ਕਰਨਗੇ ਔਰ ਮੈਂ ਸਮਝਦਾ ਇਹਦੇ ਸਾਡੇ ਜਿਹੜੇ ਨੌਲੇਜ ਪਾਰਟਨਰ ਵੀ KPMG ਹੈ ਔਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਸੀਂ ਇਹ 2 ਦਿਨਾਂ ਜਿਹੜੀ ਕੌਨਕਲੇਵ ਕਰ ਰਹੇ ਹਾਂ ਔਰ ਇਹਦੀ ਰਜਿਸਟ੍ਰੇਸ਼ਨ ਫਰੀ ਹੈ ਸਾਡੀ www.worldpunjabiindia.org ਤੇ ਤੁਸੀਂ ਇਹਦੀ ਜਾਂ sunfoundationindia.org ਤੇ ਇਹਦੀ ਜਿਹੜੀ ਹੈ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਔਰ ਸਾਰੇ ਪੰਜਾਬੀਆਂ ਨੂੰ ਜਿਹੜੇ ਵੀ ਪੰਜਾਬੀ ਪੰਜਾਬ ਦੇ ਬਾਰੇ ਦੇ ਵਿੱਚ ਚਿੰਤਾਜਨਕ ਨੇ ਪੰਜਾਬ ਦੇ ਬਾਰੇ 'ਚ ਸੋਚ ਰੱਖਦੇ ਨੇ ਪੰਜਾਬ ਨੂੰ ਮੁੜ ਖੁਸ਼ਹਾਲੀ ਵੱਲ ਦੇਖਣਾ ਚਾਹੁੰਦੇ ਹੈ ਮੈਂ ਸਮਝਦਾ ਕਿ ਉਹਨਾਂ ਲਈ ਇਹ ਸੱਦਾ ਪੱਤਰ ਹੈ ਅਤੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਹੁੰਮਾ ਕੇ ਸਾਡੇ ਨਾਲ ਪੰਜਾਬ ਯੂਨੀਵਰਸਿਟੀ 12-13 ਨਵੰਬਰ ਨੂੰ ਪਹੁੰਚੋ ਆਪਾਂ ਸਾਰੇ ਰਲ ਮਿਲ ਕੇ ਵਿਚਾਰ ਕਰ ਸਕੀਏ ਸਰੋਤਿਆਂ ਤੋਂ ਵੀ ਕੁਐਸਚਨ ਆਨਸਰ ਦਾ ਖੁੱਲ੍ਹਾ ਟਾਈਮ ਰੱਖਿਆ ਗਿਆ ਤਾਂ ਕਿ ਲੋਕ ਆਪਣੀਆਂ ਤਜਵੀਜ਼ਾਂ ਦੇ ਸਕਣ ਔਰ ਮੰਤਰੀ ਸਾਹਿਬਾਨ ਨੇ ਵੀ ਐਗਰੀ ਕੀਤਾ ਕਿ ਜਿਹੜਾ VIP ਲਾਊਂਜ ਹੈ ਉਹਦੇ 'ਚ ਵੀ ਉਹ ਛੋਟੇ ਛੋਟੇ ਗਰੁੱਪਸ ਨੂੰ ਉਹ ਜਿਹੜੇ ਆ ਮਿਲਣਗੇ ਔਰ ਜੋ ਵੀ ਉੱਥੇ ਗੋਸ਼ਟੀ ਹੋ ਕੇ ਔਰ ਫਿਰ ਅਸੀਂ ਇਹਦਾ ਇੱਕ ਵਾਈਟ ਪੇਪਰ ਤਿਆਰ ਕਰੀਏ ਕਿ ਸਾਡੀ ਜਿਹੜੀ ਪੰਜਾਬ ਦੀ ਕਿਉਂਕਿ ਜਿਹੜਾ ਵੀ ਸੋਚ ਰਿਹਾ ਉਹ ਅੱਜ ਕੱਲ੍ਹ ਦੀ ਸੋਚ ਰਿਹਾ ਕੋਈ ਬੰਦਾ 10-15 ਸਾਲ 20 ਸਾਲ ਦੀ ਨਹੀਂ ਸੋਚ ਰਿਹਾ ਵੀ ਅਸੀਂ ਪੰਜਾਬ ਨੂੰ ਕਿੱਥੇ ਦੇਖਣਾ ਚਾਹੁੰਦੇ ਜੋ 1960-70 ਦੇ ਵਿੱਚ ਹਾਈਐਸਟ ਪਰ ਕੈਪੀਟਾ ਇਨਕਮ ਸੀ ਅਤੇ ਕਿਉਂ ਨਹੀਂ ਅਗਲੇ 15 ਸਾਲਾਂ 'ਚ 20 ਸਾਲਾਂ 'ਚ ਐਗਰੀਕਲਚਰ ਸਾਡਾ ਕਰੋਪ ਰੋਟੇਸ਼ਨ ਟਰੇਡ ਇੰਡਸਟਰੀ ਜੋ ਵੀ ਸਾਡੇ ਇਨਵਾਇਰਮੈਂਟ ਦੇ ਇਸ਼ੂ ਹੈ ਅਤੇ ਉਸ ਬਾਰੇ ਸਾਡੀ ਇਹ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ 2 ਦਿਨ ਦੀ ਕੌਨਕਲੇਵ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 12-13 ਨਵੰਬਰ ਧੰਨਵਾਦ।